हलचल टीवी न्यूज। सरबत दा भला चैरिटेबल ट्रस्ट दे मैनेजिंग ट्रस्टिंग डॉक्टर एस पी सिंह उबराई वालों अज पटियाला ते होर अमृतसर जिलिया विच मेडिकल सुपरिटेंडेंट दी मांग ते हस्पतालां नूं लोड़ींदियां पीपीटी किटां N95 मास्क ते ट्रिपल लेयर सर्जरी मास्क खुद जाके दिते गए ने। पीपीई किटां N95 मास्क ते 3 लेयर मास्क जिहड़े सारे दिते जा रहे ने। सो अमृतसर मेडिकल कॉलेज दे विच असीं ऑलरेडी जिहड़ी 1000 किट है जिहड़ी पीपीई किट भेज चुके हैं। सो अज असीं इत्थों 1000 जिहड़े मास्क हैगे N95 ते 5000 जिहड़े 3 लेयर मास्क है ਉਹ ਅਸੀਂ ਭੇਜਦੇ ਹਾਂ। ਅਤੇ ਇਸ ਤੋਂ ਇਲਾਵਾ ਜਿਹੜਾ ਅਸੀਂ ਸਾਰਾ ਏਰੀਆ ਅੱਜ ਕਵਰ ਕਰਨਾ ਹੈ ਉੱਥੋਂ ਮਜੀਠਾ, ਬਟਾਲਾ, ਗੁਰਦਾਸਪੁਰ, ਪਠਾਨਕੋਟ, ਉਸ ਤੋਂ ਬਾਅਦ ਤਰਨ ਤਾਰਨ, ਫਿਰੋਜ਼ਪੁਰ, ਮੋਗਾ ਅਤੇ ਸੰਗਰੂਰ। ਸੋ ਇਹ ਸਾਰੀ ਜਿਹੜੀ ਸਾਈਟ ਹੈ ਅੱਜ ਪੂਰੀ ਕਰਕੇ ਇਹਨਾਂ ਸਾਰੀਆਂ ਜਗ੍ਹਾ 'ਤੇ ਸਿਵਲ ਹੋਸਪਿਟਲ ਐਂਡ ਜਿਹੜੇ ਐਸ ਐਸ ਪੀ ਸਾਹਿਬ ਜਿਹੜੇ ਔਫਿਸ ਹੈਗੇ ਆ ਇਹ ਸਾਰੇ ਅਸੀਂ ਕਵਰ ਕਰਾਂਗੇ। ਨਾਲ ਦੀ ਨਾਲ ਜਿਹੜਾ ਮੀਡੀਆ ਵੀ ਹੈ ਇਹਨਾਂ ਡਿਸਟ੍ਰਿਕਟ ਦਾ ਉਹਨਾਂ ਨੂੰ ਵੀ ਜਿਹੜੇ ਮਾਸਕ ਦੇ ਕੇ ਇਹ ਸਾਰਾ ਏਰੀਆ ਕਵਰ ਕਰਦਾ ਜੀ। ਕਰੋਨਾ ਵਾਇਰਸ ਨੂੰ ਮੁੱਖ ਰੱਖਦੇ ਹੋਇਆ ਸਰਬੱਤ ਦੇ ਭਲਾ ਚੈਰੀਟੇਬਲ ਟਰੱਸਟ ਵੱਲੋਂ ਦੋ ਸੇਵਾਵਾਂ ਜਿਹੜੀਆਂ ਅਹਿਮ ਤੌਰ 'ਤੇ ਨਿਭਾਈਆਂ ਜਾ ਰਹੀਆਂ ਨੇ, ਜਿਹਦੇ 'ਚੋਂ ਪਹਿਲੀ ਜਿਹੜੀ ਸੀ ਰਾਸ਼ਨ ਪਾਣੀ ਮੁਹੱਈਆ ਕਰਾਉਣਾ। ਸੋ ਉਹਦੇ ਮੁਤਾਬਕ ਸਾਡੇ ਕੋਲ ਆਲਰੇਡੀ ਡਾਟਾ ਸੀਗਾ ਅਤੇ ਅਸੀਂ ਅਪ੍ਰੈਲ ਮਹੀਨੇ ਦਾ ਰਾਸ਼ਨ ਜਿਹੜਾ ਤਕਰੀਬਨ ਅਸੀਂ 22-23 ਹਜ਼ਾਰ ਫੈਮਿਲੀ ਜਿਹੜੀਆਂ ਅਸੀਂ ਕਵਰ ਕੀਤੀਆਂ, ਜਿਹਨਾਂ ਨੂੰ ਅਸੀਂ ਇੱਕ ਇੱਕ ਮਹੀਨੇ ਦਾ ਰਾਸ਼ਨ ਹਰ ਡਿਸਟ੍ਰਿਕਟ ਵਿੱਚ ਪਹੁੰਚਾ ਦਿੱਤਾ ਗਿਆ। ਸਾਰਾ ਪੰਜਾਬ ਅਸੀਂ ਕਵਰ ਕੀਤਾ ਔਰ ਅੱਗੇ ਕਿਉਂਕਿ ਇਹ ਲੜਾਈ ਲੰਮੀ ਚੱਲਣੀ ਹੈ ਇਸ ਲਈ ਅਸੀਂ ਮਈ ਮਹੀਨਾ, ਜੂਨ ਮਹੀਨਾ, ਜੁਲਾਈ ਮਹੀਨੇ ਦੇ ਤਿੰਨਾਂ ਦੇ ਅਸੀਂ ਆਰਡਰ ਦਿੱਤੇ ਹੋਏ ਨੇ। ਉਹਦੇ ਵਿੱਚ ਅਸੀਂ ਤਕਰੀਬਨ 35,000 ਫੈਮਿਲੀ ਜਿਹੜੀਆਂ ਅਸੀਂ ਹਰ ਮਹੀਨੇ ਕਵਰ ਕਰਾਂਗੇ, ਕਿਉਂਕਿ ਸਾਡੀਆਂ ਆਪਣਾ ਡਾਟਾ ਸਾਡਾ 24-25 ਹਜ਼ਾਰ ਦਾ ਸੀਗਾ। ਕੁਛ ਡਾਟਾ ਸਾਨੂੰ ਜਿਹੜਾ ਪ੍ਰਸ਼ਾਸਨ ਤੋਂ ਵੀ ਮਿਲਿਆ, ਜਿਹੜੇ ਜੈਨੂਅਨ ਪਰਸਨ ਨੇ ਜਿਹਨੇ ਕੋਲ ਦਿਹਾੜੀ ਨਹੀਂ ਰਹੀ, ਜਾਂ ਜਿਹੜੇ ਮਜ਼ਦੂਰ ਲੋਕ ਹੋ ਗਏ, ਕੋਈ ਕੰਸਟਰਕਸ਼ਨ 'ਚ ਕੰਮ ਕਰਦੇ ਸੀ, ਜਾਂ ਕੋਈ ਰਿਕਸ਼ਾ ਚਾਲਕ ਹੋ ਗਏ, ਜਾਂ ਰੋਜ਼ ਹੋ ਗਏ, ਜਾਂ ਰੋਜ਼ ਜਿਹਨਾਂ ਨੇ ਕਮਾਉਣਾ ਦੇ ਖਾਣਾ ਸੀ। ਸੋ ਉਹ ਲਿਸਟਾਂ ਵੱਧ ਕੇ ਸਾਡੇ ਕੋਲ ਇੰਨੀਆਂ ਹੋ ਗਈਆਂ ਨੇ ਅਤੇ ਉਹ ਹੁਣ ਸਾਡੇ ਲਈ ਈਜ਼ੀ ਹੈ ਕਿ ਅਗਲੇ ਮਹੀਨੇ ਸਾਡੇ ਕੋਲ ਸਾਰਿਆਂ ਦੇ ਟੈਲੀਫੋਨ ਨੰਬਰ ਹੈਗੇ ਨੇ, ਐਡਰੈਸ ਹੈਗੇ ਨੇ, ਅਤੇ ਉਹ ਸਾਡੀਆਂ ਟੀਮਾਂ ਜਿਹੜੀਆਂ ਸਾਰੀਆਂ ਉੱਥੇ ਪਹੁੰਚਾ ਦੇਣਗੀਆਂ। ਦੂਸਰਾ ਜਿਹੜਾ ਸੀਗਾ ਕਿ ਮੈਡੀਕਲ ਜਿਹੜੀ ਆਪਾਂ ਹੈਲਪ ਕਰਨੀ ਸੀਗੀ, ਜਿਹੜੀਆਂ ਅਸੀਂ ਸੇਵਾਵਾਂ ਦੇਣੀਆਂ ਸੀਗੀਆਂ, ਉਹਦੇ ਵਿੱਚ ਸਭ ਤੋਂ ਪਹਿਲਾਂ ਵੈਂਟੀਲੇਟਰ ਦਿੱਤੇ ਗਏ ਸੀ। ਉਸ ਤੋਂ ਬਾਅਦ ਸਾਡੇ ਚਾਰੇ ਮੈਡੀਕਲ ਕਾਲਜਿਸ ਜਿਹੜੇ ਨੇ ਅਸੀਂ ਉਹ ਕਵਰ ਕਰ ਦਿੱਤੇ ਨੇ, PGI ਤੋਂ ਲੈ ਕੇ ਅੰਮ੍ਰਿਤਸਰ ਹੋ ਗਿਆ, ਬਾਬਾ ਫਰੀਦ ਯੂਨੀਵਰਸਿਟੀ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਅਤੇ ਜਾਂ ਆਪਣਾ ਰਜਿੰਦਰਾ ਹੋਸਪਿਟਲ ਪਟਿਆਲਾ, ਇਹ ਕਵਰ ਕਰ ਦਿੱਤੇ ਗਏ ਨੇ। ਅਤੇ ਇਸ ਤੋਂ ਪਹਿਲਾਂ ਜਿਹੜਾ ਸਾਡੇ ਸਾਰੇ ਸਿਵਲ ਹੋਸਪਿਟਲ ਹੋ ਗਏ, ਸਾਡੇ SSP ਸਾਹਿਬਾਨ ਦੇ ਸਾਰੇ ਆਫਿਸ ਹੋ ਗਏ, ਇਹ ਅਸੀਂ ਮਾਝਾ ਅਤੇ ਦੁਆਬਾ ਜ਼ਿਲ੍ਹਾ 3 ਦਿਨ ਪਹਿਲਾਂ ਅਸੀਂ ਕੰਪਲੀਟ ਸਾਰਾ ਕਵਰ ਕਰ ਦਿੱਤਾ ਸੀ। ਮਾਲਵਾ ਸਾਡਾ ਰਹਿੰਦਾ ਸੀਗਾ, ਕੱਲ੍ਹ ਸ਼ਾਮ ਤੱਕ ਸਾਡਾ ਮਾਲਵਾ ਪੂਰੇ ਡਿਸਟ੍ਰਿਕਟ ਅਸੀਂ ਕਵਰ ਕਰਕੇ ਅਤੇ ਉਹ ਵੀ ਕੰਪਲੀਟ ਕਰ ਦਿੱਤਾ ਗਿਆ। ਹੁਣ ਇਹ ਮਹੀਨੇ ਅਸੀਂ ਹਰ ਜਗ੍ਹਾ ਮੈਂ ਕਹਿ ਸਕਦਾ ਕਿ ਚਾਹੇ ਉਹ SSP ਸਾਹਿਬ ਦੇ ਆਫਿਸ ਨੇ, ਚਾਹੇ ਉਹ DC ਆਫਿਸ ਹੋ ਗਏ, ਸਿਵਲ ਹੋਸਪਿਟਲ ਹੋ ਗਏ ਸਾਡੇ, ਇਹਨਾਂ ਸਾਰਿਆਂ ਨੂੰ ਅਸੀਂ ਜਿਹੜੀ ਮੈਡੀਕਲ ਦੀ ਜਿਹੜੀ ਸਹਾਇਤਾ ਦੇਣੀ ਸੀ, ਜਿਹਨਾਂ ਵਿੱਚ ਸਾਡੇ ਹਜ਼ਾਰਾਂ ਦੀ ਗਿਣਤੀ ਵਿੱਚ ਸਾਡੇ PPE ਕਿੱਟਾਂ ਹੋ ਗਈਆਂ, N95 ਮਾਸਕ ਹੋ ਗਏ, ਔਰ ਲੱਖਾਂ ਦੀ ਗਿਣਤੀ ਵਿੱਚ ਸਾਡੇ ਜਿਹੜੇ 3 ਲੇਅਰ ਮਾਸਕ ਹੈਗੇ ਨੇ ਇਹ ਦਿੱਤੇ ਗਏ ਨੇ। ਹੁਣ ਜਿਹੜੇ ਇਨਫਰਾਰੈਡ ਥਰਮਾਮੀਟਰ ਸੀਗੇ ਉਹ ਪਹਿਲਾਂ 40 ਸੀਗੇ ਜਿਹੜੇ ਅਸੀਂ ਸਪਲਾਈ ਕਰ ਦਿੱਤੇ ਸੀ, ਹੁਣ 200 ਦਾ ਮੇਰਾ ਹੋਰ ਆਰਡਰ ਸੀ ਔਰ ਇਹ 2-3 ਦਿਨ 'ਚ 200 ਜਿਹੜੇ ਸਾਡੇ ਇਨਫਰਾਰੈਡ ਥਰਮਾਮੀਟਰ ਨੇ ਉਹ ਵੀ ਸਾਡੇ ਕੋਲ ਪਹੁੰਚ ਜਾਣਗੇ ਅਤੇ ਉਹ ਵੀ ਅਸੀਂ ਜਿੱਥੇ ਜਿੱਥੇ ਲੋੜ ਸਮਝਾਂਗੇ, ਕਿਉਂਕਿ ਇਹ ਲੋੜ ਤਾਂ ਸਾਰਿਆਂ ਪਾਸੇ ਹੈਗੀ ਹੈ, ਸੋ ਉੱਥੇ ਅਸੀਂ ਉਹਨਾਂ ਨੂੰ ਦੇਵਾਂਗੇ। ਅਤੇ 12 ਜਿਹੜੇ ਸਾਡੇ ਵੈਂਟੀਲੇਟਰ ਨੇ ਉਹ ਸਾਡੇ ਆਨ ਦੀ ਵੇ ਨੇ, ਕਦੀ ਵੀ ਸਾਡੇ ਕੋਲ ਪਹੁੰਚ ਸਕਦੇ ਨੇ। ਜਿਸ ਤਰ੍ਹਾਂ ਉਹ ਆਉਣਗੇ ਉਹ ਆਲਰੇਡੀ ਅਸੀਂ ਬੁਕਿੰਗ ਕੀਤੀ ਹੋਈ ਹੈ ਵੀ ਕਿੱਥੇ ਕਿੱਥੇ ਦੇਣੇ ਨੇ, ਤਾਂ ਅਸੀਂ ਉਹ ਵੀ ਦੇ ਦਾਂਗੇ। ਅਤੇ ਇਹ ਜਿਹੜੀਆਂ ਸੇਵਾਵਾਂ ਹੈਗੀਆਂ ਸਾਡੀਆਂ ਇਹ ਨਿਰੰਤਰ ਸਾਡੀਆਂ ਜਾਰੀ ਰਹਿਣਗੀਆਂ ਜਦ ਤੱਕ ਇਸ ਜਿਹੜੀ ਬਿਮਾਰੀ ਹੈ ਇਸ ਤੋਂ ਅਸੀਂ ਛੁਟਕਾਰਾ ਨਹੀਂ ਪਾ ਜਾਂਦੇ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਹਮੇਸ਼ਾ